UK ਅਤੇ ਪੰਜਾਬ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਅਗਲੇ ਸੋਮਵਾਰ ਯਾਨੀ ਕਿ 16 ਅਗਸਤ ਤੋਂ ਜਿਹੜੀ ਹੈ ਫਲਾਈਟ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸ੍ਰੀ ਗੁਰੂ ਰਾਮਦਾਸ ਅੰਮ੍ਰਿਤਸਰ ਦੇ ਵਿੱਚ ਜਿਹੜਾ ਹਵਾਈ ਅੱਡਾ ਹੈ ਤੇ ਇਸ ਤੋਂ ਲੰਡਨ ਹਿਥਰੋ ਹਵਾਈ ਅੱਡੇ ਦੇ ਵਿਚਾਲੇ ਜਿਹੜੀ ਹੈ ਸਿੱਧੀ ਉਡਾਣ ਨੂੰ ਜਿਹੜਾ ਹੈ ਮੁੱਢ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਸੰਬੰਧੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਜਿਹੜੇ ਨੇ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 에어 ਇੰਡੀਆ ਨੇ ਆਪਣੇ ਵੈੱਬਸਾਈਟ ਦੇ ਉੱਤੇ ਤਾਜ਼ਾ ਜਾਣਕਾਰੀ ਜਿਹੜੀ ਹੈ ਅਪਲੋਡ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਸਰ ਅਤੇ ਲੰਡਨ ਹੀਥਰੋ ਹਵਾਈ ਅੱਡੇ ਦੇ ਵਿਚਾਲ ਜਿਹੜੀ ਹੈ ਸਿੱਧੀ ਉਡਾਣ ਹੁਣ ਚੱਲੇਗੀ ਪਹਿਲਾਂ ਜਿਹੜੀ ਹੈ ਕੋਰੋਨਾ ਕਾਰਨ ਜਿਹੜੇ ਕੇਸ ਲਗਾਤਾਰ ਵਧ ਰਹੇ ਸੀ ਲਗਾਤਾਰ ਕੇਸ ਵਧਣ ਦੇ ਕਾਰਨ ਜਿਹੜੀ ਹੈ ਉਡਾਣ ਜਿਹੜੀ ਹੈ ਬੰਦ ਕਰ ਦਿੱਤੀ ਗਈ ਸੀ ਹੁਣ ਫੇਰ ਦੁਬਾਰਾ ਜਿਹੜੀ ਹੈ ਉਡਾਣ ਇੱਥੇ ਸ਼ੁਰੂ ਕਰ ਦਿੱਤੀ ਗਈ ਹੈ ਯੂਕੇ ਸਰਕਾਰ ਵੱਲੋਂ 8 ਅਗਸਤ ਤੋਂ ਜਿਹੜਾ ਹੈ ਭਾਰਤ ਦਾ ਨਾਮ ਜਿਹੜਾ ਹੈ ਲਾਲ ਸੂਚੀ ਦੇ ਵਿੱਚੋਂ ਵੀ ਹਟਾ ਕੇ ਐmber ਸੂਚੀ ਦੇ ਵਿੱਚ ਪਾ ਦਿੱਤਾ ਗਿਆ ਹੈ ਕਿਉਂਕਿ ਕੋਰੋਨਾ ਕੇਸ ਜਿਹੜੇ ਨੇ ਲਗਾਤਾਰ ਘਟ ਰਹੇ ਨੇ ਇਸੇ ਲਈ ਜਿਹੜਾ ਹੈ ਲਾਲ ਸੂਚੀ ਦੇ ਵਿੱਚੋਂ ਕੱਢ ਕੇ ਐmber ਸੂਚੀ ਦੇ ਵਿੱਚ ਭਾਰਤ ਦਾ ਨਾਮ ਜਿਹੜਾ ਹੈ ਪਾ ਦਿੱਤਾ ਗਿਆ ਹੈ ਇਹ ਉਡਾਨ ਜਿਹੜੀ ਹੈ ਹਰੇਕ ਸੋਮਵਾਰ ਲੰਡਨ ਹੀਥਰੋ ਤੋਂ ਦੁਪਹਿਰ 12:30 ਵਜੇ ਰਵਾਨਾ ਹੋਵੇਗੀ ਤੇ ਅੱਧੀ ਰਾਤ ਮੰਗਲਵਾਰ ਨੂੰ 1:10 ਦੇ ਜਿਹੜਾ ਹੈ ਅੰਮ੍ਰਿਤਸਰ ਪਹੁੰਚੇਗੀ ਮੰਗਲਵਾਰ ਨੂੰ ਸਵੇਰੇ ਫੇਰ 3:10 ਮਿੰਟ ਤੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 7:10 ਮਿੰਟ ਤੇ ਲੰਡਨ ਪਹੁੰਚੇਗੀ ਇਹਨਾਂ ਉਡਾਨਾਂ ਦੀ ਜਿਹੜੀ ਬੁਕਿੰਗ ਹੈ 에ਅਰ ਇੰਡੀਆ ਦੀ ਵੈਬਸਾਈਟ ਜਿਹੜੀ ਹੈ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਕਰ ਸਕਦੇ ਹੋ ਇਹ ਜਿਹੜੀ ਸਿੱਧੀ ਉਡਾਨ ਦੀ ਮੁੜ ਸ਼ੁਰੂ ਕੀਤੇ ਜਾਣ ਤੋਂ ਬਾਅਦ ਜਿਹੜਾ ਹੈ ਗਮਟਾਲਾ ਜਿਹੜੇ ਨੇ ਉਹਨਾਂ ਨੇ ਇਸ ਦਾ ਸਵਾਗਤ ਕੀਤਾ ਹੈ ਓਵਰਸੀਜ਼ ਕਤਰ ਸਮੀਪ ਸਿੰਘ ਗਮਟਾਲਾ ਨੇ ਤੇ ਉਹਨਾਂ ਨੇ ਕਿਹਾ ਕਿ ਕੋਵਿਡ ਪਾਬੰਦੀਆਂ ਦੇ ਕਾਰਨ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਪੰਜਾਬੀ ਯੂਕੇ ਦੇ ਰੈਜ਼ਿਡੈਂਸ ਨੇ ਜਾਂ ਜਿਹੜੇ ਸਿਟੀਜ਼ਨ ਨੇ ਪੀਆਰ ਨੇ ਉਹ ਜਿਹੜੇ ਨੇ ਪੰਜਾਬ ਦੇ ਵਿੱਚ ਫਸ ਗਏ ਸਨ ਇੱਕ ਵਾਰ ਫੇਰ ਦੁਬਾਰਾ ਜਿਹੜਾ ਹੈ ਉਹ ਹੁਣ ਉੱਥੇ ਉਡਾਨਾਂ ਜਦੋਂ ਸ਼ੁਰੂ ਹੋ ਗਈਆਂ ਤੇ ਉਹ ਆਸਾਨੀ ਨਾਲ ਜਾ ਸਕਦੇ ਨੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਜਾਂ ਯੂਕੇ ਪਹੁੰਚਣ ਦੇ ਵਿੱਚ ਸਿਰਫ 8 ਤੋਂ 9 ਘੰਟੇ ਦਾ ਹੁਣ ਸਮਾਂ ਲੱਗੇਗਾ ਤੇ ਉਮੀਦ ਹੈ ਕਿ ਅੱਗੇ ਵੀ ਜਿਹੜੀਆਂ ਨੇ ਪਾਬੰਦੀਆਂ ਹੋਰ ਵੀ ਘਟਾ ਦਿੱਤੀਆਂ ਜਾਣਗੀਆਂ ਤੇ ਨਾਲ ਦੀ ਨਾਲ ਜਿਹੜੀ 에ਅਰ ਇੰਡੀਆ ਹੈ ਅੰਮ੍ਰਿਤਸਰ ਬਰਮਿੰਗਮ ਦੀ ਜਿਹੜੀ ਸਿੱਧੀ ਉਡਾਨ ਹੈ ਉਹ ਵੀ ਮੁੜੇ ਸ਼ੁਰੂ ਹੋਣ ਦੀ ਆਸ ਹੈ ਕਿਉਂਕਿ ਲਗਾਤਾਰ ਜਿਹੜੇ ਕਰੋਨਾ ਕੇਸ ਭਾਰਤ ਦੇ ਵਿੱਚ ਵਧਣ ਦੇ ਕਾਰਨ ਉਡਾਨਾਂ ਨੂੰ ਜਿਹੜਾ ਰੋਕ ਦਿੱਤਾ ਗਿਆ ਸੀ ਹੁਣ ਫਿਊਚਰ ਦੇ ਵਿੱਚ ਉਮੀਦ ਹੈ ਕਿ ਉਡਾਨਾਂ ਜਿਹੜੀਆਂ ਨੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਫੇਰ ਸ਼ੁਰੂ ਹੋਣ ਜਾਣਗੀਆਂ ਹਰੇਕ ਤਰ੍ਹਾਂ ਦੀ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਪੰਜਾਬੀ ਬੁਲਟਨ ਦੇ ਨਾਲ ਯੂਕੇ ਅਤੇ ਪੰਜਾਬ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਅਗਲੇ ਸੋਮਵਾਰ ਯਾਨੀ ਕਿ 16 ਅਗਸਤ ਤੋਂ ਜਿਹੜੀ ਹੈ ਫਲਾਈਟ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸ੍ਰੀ ਗੁਰੂ ਰਾਮਦਾਸ ਅੰਮ੍ਰਿਤਸਰ ਦੇਵ ਜਿਹੜਾ ਹਵਾਈ ਅੱਡਾ ਹੈ ਤੇ ਇਸ ਤੋਂ ਲੰਡਨ ਹਿਥਰੋ ਹਵਾਈ ਅੱਡੇ ਦੇ ਵਿਚਾਲੇ ਜਿਹੜੀ ਹੈ ਸਿੱਧੀ ਉਡਾਣ ਨੂੰ ਜਿਹੜਾ ਹੈ ਮੁਰੂ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਸਬੰਧੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਜਿਹੜੇ ਨੇ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 에ਅਰ ਇੰਡੀਆ ਨੇ ਆਪਣੇ ਵੈਬਸਾਈਟ ਦੇ ਉੱਤੇ ਤਾਜ਼ਾ ਜਾਣਕਾਰੀ ਜਿਹੜੀ ਹੈ ਅਪਲੋਡ ਕੀਤੀ ਹੈ ਜਾਣਕਾਰੀ ਦੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅੰਮ੍ਰਿਤਸਰ ਅਤੇ ਲੰਡਨ ਹੀਥਰੋ ਹਵਾਈ ਅੱਡੇ ਦੇ ਵਿਚਾਲ ਜਿਹੜੀ ਇਹ ਸਿੱਧੀ ਉਡਾਣ ਹੁਣ ਚੱਲੇਗੀ ਪਹਿਲਾਂ ਜਿਹੜੀ ਇਹ ਕੋਰੋਨਾ ਕਾਰਨ ਜਿਹੜੇ ਕੇਸ ਲਗਾਤਾਰ ਵਧ ਰਹੇ ਸੀ ਲਗਾਤਾਰ ਕੇਸ ਵਧਣ ਦੇ ਕਾਰਨ ਜਿਹੜੀ ਇਹ ਉਡਾਣ ਜਿਹੜੀ ਹੈ ਬੰਦ ਕਰ ਦਿੱਤੀ ਗਈ ਸੀ ਹੁਣ ਫੇਰ ਦੁਬਾਰਾ ਜਿਹੜੀ ਇਹ ਉਡਾਣ ਇੱਥੇ ਸ਼ੁਰੂ ਕਰ ਦਿੱਤੀ ਗਈ ਹੈ ਯੂਕੇ ਸਰਕਾਰ ਵੱਲੋਂ 8 ਅਗਸਤ ਤੋਂ ਜਿਹੜਾ ਹੈ ਭਾਰਤ ਦਾ ਨਾਂ ਜਿਹੜਾ ਹੈ ਲਾਲ ਸੂਚੀ ਦੇ ਵਿੱਚੋਂ ਵੀ ਹਟਾ ਕੇ ਐਮਬਰ ਸੂਚੀ ਦੇ ਵਿੱਚ ਪਾ ਦਿੱਤਾ ਗਿਆ ਹੈ ਕਿਉਂਕਿ ਕਰੋਨਾ ਕੇਸ ਜਿਹੜੇ ਨੇ ਲਗਾਤਾਰ ਘਟ ਰਹੇ ਨੇ ਇਸੇ ਲਈ ਜਿਹੜਾ ਇਹ ਲਾਲ ਸੂਚੀ ਦੇ ਵਿੱਚੋਂ ਕੱਢ ਕੇ ਐਮਬਰ ਸੂਚੀ ਦੇ ਵਿੱਚ ਭਾਰਤ ਦਾ ਨਾਮ ਜਿਹੜਾ ਹੈ ਪਾ ਦਿੱਤਾ ਗਿਆ ਹੈ ਇਹ ਉਡਾਨ ਜਿਹੜੀ ਹੈ ਹਰੇਕ ਸੋਮਵਾਰ ਲੰਡਨ ਹੀਥਰੋ ਤੋਂ ਦੁਪਹਿਰ 12:30 ਵਜੇ ਰਵਾਨਾ ਹੋਵੇਗੀ ਤੇ ਅੱਧੀ ਰਾਤ ਮੰਗਲਵਾਰ ਨੂੰ 1:10 ਦੇ ਜਿਹੜਾ ਹੈ ਅੰਮ੍ਰਿਤਸਰ ਪਹੁੰਚੇਗੀ ਮੰਗਲਵਾਰ ਨੂੰ ਸਵੇਰੇ ਫੇਰ 3:10 ਮਿੰਟ ਤੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 7:10 ਮਿੰਟ ਤੇ ਲੰਡਨ ਪਹੁੰਚੇਗੀ ਇਹਨਾਂ ਉਡਾਨਾਂ ਦੀ ਜਿਹੜੀ ਬੁਕਿੰਗ ਹੈ 에ਅਰ ਇੰਡੀਆ ਦੀ ਵੈਬਸਾਈਟ ਜਿਹੜੀ ਹੈ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਕਰ ਸਕਦੇ ਹੋ ਇਹ ਜਿਹੜੀ ਸਿੱਧੀ ਉਡਾਨ ਦੀ ਮੁੜ ਸ਼ੁਰੂ ਕੀਤੇ ਜਾਣ ਤੋਂ ਬਾਅਦ ਜਿਹੜਾ ਹੈ ਗਮਟਾਲਾ ਜਿਹੜੇ ਨੇ ਉਹਨਾਂ ਨੇ ਇਸ ਦਾ ਸਵਾਗਤ ਕੀਤਾ ਹੈ ਓਵਰਸੀਜ਼ ਕਤਰ ਸਮੀਪ ਸਿੰਘ ਗਮਟਾਲਾ ਨੇ ਤੇ ਉਹਨਾਂ ਨੇ ਕਿਹਾ ਕਿ ਕੋਵਿਡ ਪੰਡਿਆਂ ਦੇ ਕਾਰਨ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਪੰਜਾਬੀ ਯੂਕੇ ਦੇ ਰੈਜ਼ਿਡੈਂਸ ਨੇ ਜਾਂ ਜਿਹੜੇ ਸਿਟੀਜ਼ਨ ਨੇ ਪੀਆਰ ਨੇ ਉਹ ਜਿਹੜੇ ਨੇ ਪੰਜਾਬ ਦੇ ਵਿੱਚ ਫਸ ਗਏ ਸਨ ਇੱਕ ਵਾਰ ਫੇਰ ਦੁਬਾਰਾ ਜਿਹੜਾ ਹੈ ਉਹ ਹੁਣ ਉੱਥੇ ਉਡਾਨਾਂ ਜਦੋਂ ਸ਼ੁਰੂ ਹੋ ਗਈਆਂ ਤੇ ਉਹ ਆਸਾਨੀ ਨਾਲ ਜਾ ਸਕਦੇ ਨੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਜਾਂ ਯੂਕੇ ਪਹੁੰਚਣ ਦੇ ਵਿੱਚ ਸਿਰਫ 8 ਤੋਂ 9 ਘੰਟੇ ਦਾ ਹੁਣ ਸਮਾਂ ਲੱਗੇਗਾ ਤੇ ਉਮੀਦ ਹੈ ਕਿ ਅੱਗੇ ਵੀ ਜਿਹੜੀਆਂ ਨੇ ਪਾਬੰਦੀਆਂ ਹੋਰ ਵੀ ਘਟਾ ਦਿੱਤੀਆਂ ਜਾਣਗੀਆਂ ਤੇ ਨਾਲ ਦੀ ਨਾਲ ਜਿਹੜੀ 에ਅਰ ਇੰਡੀਆ ਹੈ ਅੰਮ੍ਰਿਤਸਰ ਬਰਮਿੰਗਮ ਦੀ ਜਿਹੜੀ ਸਿੱਧੀ ਉਡਾਨ ਹੈ ਉਹ ਵੀ ਮੁੜ ਸ਼ੁਰੂ ਹੋਣ ਦੀ ਆਸ ਹੈ ਕਿਉਂਕਿ ਲਗਾਤਾਰ ਜਿਹੜਾ ਕੋਰੋਨਾ ਕੇਸ ਭਾਰਤ ਦੇ ਵਿੱਚ ਵਧਣ ਦੇ ਕਾਰਨ ਉਡਾਨਾਂ ਨੂੰ ਜਿਹੜਾ ਇਹ ਰੋਕ ਦਿੱਤਾ ਗਿਆ ਸੀ ਅਨ ਫਿਊਚਰ ਦੇ ਵਿੱਚ ਉਮੀਦ ਹੈ ਕਿ ਉਡਾਨਾਂ ਜਿਹੜੀਆਂ ਨੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਫੇਰ ਸ਼ੁਰੂ ਹੋਣ ਜਾਣਗੀਆਂ ਹਰ ਇੱਕ ਤਰ੍ਹਾਂ ਦੀ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਪੰਜਾਬੀ ਬੁਲਟਨ ਦੇ ਨਾਲ